ਸੋ ਅੱਜ ਦਾ ਜੋ ਦਿਹਾੜਾ ਹੈ, ਧੰਨ ਧੰਨ ਸਾਹਿਬ ਸ਼੍ਰੀ ਗੁਰੂ ਹਰਗੋਬਿੰਦ ਸਿੰਘ ਪਾਤਸ਼ਾਹ ਜੀ, ਮੀਰੀ ਪੀਰੀ ਦੇ ਮਾਲਕ, ਜੰਮਿਆ ਪੂਤ ਭਗਤ ਗੋਬਿੰਦ ਕਾ, ਪ੍ਰਗਟਿਆ ਸਭ ਮਹਿ ਲਿਖਿਆ ਧੁਰ ਕਾ। ਧੰਨ ਸਾਹਿਬ ਸ੍ਰੀ ਗੁਰੂ ਹਰਗੋਬਿੰਦ ਪਾਤਸ਼ਾਹ ਜੀ ਦੇ ਪਰਥਾਏ। ਅੱਜ ਅਵਤਾਰ ਦਿਹਾੜਾ ਹੈ ਜੀ। ਅਵਤਾਰ ਦਿਹਾੜੇ ਦੇ ਪਰਥਾਏ ਗੁਰੂ ਅਰਜਨ ਦੇ ਪੰਜਵੇਂ ਪਾਤਸ਼ਾਹ ਜੀਆਂ ਨੇ ਗੁਰਬਾਣੀ ਦੇ ਵਿੱਚ ਵੀ ਉਹਨਾਂ ਦੇ ਅਵਤਾਰ ਦਾ ਜਨਮ ਦਾ ਇੱਕ ਸ਼ਬਦ ਉਚਾਰਨ ਕੀਤਾ ਹੈ। ਸਤਿਗੁਰ ਸਾਚੇ ਦੀਆ ਭੇਜ, ਇਹ ਜੋ ਪੁੱਤਰ ਹੈ ਉਸ ਅਕਾਲ ਪੁਰਖ ਵਾਹਿਗੁਰੂ ਦਾ ਭੇਜਿਆ ਹੋਇਆ ਹੈ। ਚਿਰ ਜੀਵਨ ਉਪਜਿਆ ਸੰਯੋਗ ਵਿਯੋਗਾਂ ਦੇ ਨਾਲ ਰਲ ਮਿਲ ਕੇ ਬੜੇ ਲੰਮੇ ਸਮੇਂ ਦੇ ਬਾਅਦ ਜਨਮ ਹੋਇਆ ਗੁਰੂ ਹਰਗੋਬਿੰਦ ਪਾਤਸ਼ਾਹ ਦਾ। ਉਦਰੇ ਮਾਹੇ ਆਏ ਕੀਆ ਨਿਵਾਸ, ਮਾਤਾ ਕੇ ਮਨ ਬਹੁਤ ਵਿਗਾਸ। ਮਾਤਾ ਦੇ ਮਨ ਦੇ ਵਿੱਚ, ਹਿਰਦੇ ਦੇ ਵਿੱਚ ਬੜਾ ਵਿਗਾਸ ਆ, ਬੜਾ ਖਿਡਾਓ ਆ, ਬੜਾ ਆਨੰਦ ਆ। ਜਦੋਂ ਹੀ ਗਰਭ ਦੇ ਵਿੱਚ ਆ ਕੇ ਗੁਰੂ ਹਰਗੋਬਿੰਦ ਪਾਤਸ਼ਾਹ ਜੀ ਨੇ ਪ੍ਰਕਾਸ਼ਮਾਨ ਹੋਏ ਆ। ਪ੍ਰਗਟਿਆ ਸਭ ਮੈਂ ਲਿਖਿਆ ਧੁਰ ਕਾ, ਜੰਮਿਆ ਪੂਤ ਭਗਤ ਗੋਬਿੰਦ ਕਾ। ਦਸੀ ਮਾਸੀ ਹੁਕਮ ਬਾਲਕ ਜਨਮ ਲਿਆ, 9 ਮਹੀਨਿਆਂ ਬਾਅਦ ਬੱਚਾ ਜਨਮਦਾ, ਪਰ ਇਹ ਮਿਲਦਾ ਕਿ 10ਵੇਂ ਮਹੀਨੇ ਦੇ ਵਿੱਚ ਆ ਕੇ ਗੁਰੂ ਹਰਗੋਬਿੰਦ ਪਾਤਸ਼ਾਹ ਜੀ ਨੇ ਅਵਤਾਰ ਧਾਰਿਆ ਸੀ। ਦਸੀ ਮਾਸੀ ਮਹੀਨਾ ਹੁਕਮ ਬਾਲਕ ਜਨਮ ਲਿਆ, ਮਿਟਿਆ ਸੋਗ। ਜਦੋਂ ਬੱਚੇ ਦਾ ਜਨਮ ਹੋ ਗਿਆ, ਜਿਹੜੇ ਦੁੱਖ ਕਲੇਸ਼ ਵਿਘਨ ਸੀ ਨਾ ਲੋਕਾਂ ਦੇ ਪਏ ਹੋਏ, ਆਪਾਂ ਸਾਰੀ ਕਥਾ ਦੇ ਨਾਲ ਜੁੜਾਂਗੇ, ਉਹ ਕਿਹੜੇ ਸੀਗੇ ਲੋਕਾਂ ਦੇ ਮਿਹਣੇ ਜੋ ਮਾਤਾ ਗੰਗਾ ਜੀ ਸਹਿ ਰਹੇ ਸਨ। ਮਿਟਿਆ ਸੋਗ, ਮਹਾ ਆਨੰਦ ਥੀਆ, ਬੜਾ ਆਨੰਦ ਹੋਇਆ, ਸੋਗ ਕਲੇਸ਼ ਵਿਘਨ ਸਭ ਮਿਟ ਗਏ। ਗੁਰਬਾਣੀ ਸਿੱਖੀ ਆਨੰਦ ਗਾਵੇ, ਸਾਚੇ ਸਾਹਿਬ ਕੈ ਮਨ ਭਾਵੇ। ਗੁਰਬਾਣੀ ਸਿੱਖੀ ਆਨੰਦ ਗਾਉਂਦੇ ਹਨ, ਬੱਚਾ ਵੱਡਾ ਹੋਇਆ, ਸਾਚੇ ਸਾਹਿਬ ਕੇ ਮਨ ਭਾਵੇ। ਵਾਹਿਗੁਰੂ ਦੇ ਮਨ ਨੂੰ ਉਹ ਮਨੁੱਖ, ਉਹ ਗੁਰਸਿੱਖ ਪਿਆਰਾ ਭਾਉਂਦਾ ਜੋ ਬਾਣੀ ਗਾਉਂਦਾ ਹੈ। ਬਦੀ ਬੇਲ ਬਹੁ ਪੀੜ੍ਹੀ ਚਾਲੀ, ਜਿਸ ਤਰ੍ਹਾਂ ਕਹਿੰਦਾ ਸੀ ਨਾ ਪ੍ਰਿਥੀ ਚੰਦ ਕਿ ਇਹਨਾਂ ਦੀ ਜਿਹੜੀ ਪੀੜ੍ਹੀ ਆ, ਇਹਨਾਂ ਦਾ ਜਿਹੜਾ ਵੰਸ ਆ, ਬਸ ਇੱਥੇ ਖਤਮ ਹੋ ਜਾਣਾ। ਬਦੀ ਵੇਲ ਬਹੁ ਪੀੜ੍ਹੀ ਚਾਲੀ, ਧਰਮ ਕਲਾ ਹਰ ਬੰਧ ਬਹਾਲੀ। ਜਿਹੜੇ ਇਹ ਗੁਰਬਾਣੀ ਦੇ ਅਰਥ ਹੋ ਰਹੇ ਨੇ, ਇਹ ਇਤਿਹਾਸਕ ਮੁਤਾਬਕ ਹੋ ਰਹੇ ਨੇ। ਇੱਕ ਸ਼ਬਦ ਦੇ ਨਾਂ ਇੱਕ ਤੋਂ ਵੱਧ ਅਰਥ ਹੁੰਦੇ ਹਨ। ਸੇਵਕ ਪ੍ਰਥਾਏ, ਸੰਤ ਪ੍ਰਥਾਏ, ਗੁਰਸਿੱਖ ਪ੍ਰਥਾਏ, ਜਗਿਆਸੂ ਪ੍ਰਥਾਏ, ਗੁਰੂ ਪ੍ਰਥਾਏ, ਸੰਤ ਪ੍ਰਥਾਏ,
ਸੋ ਇਹ ਜਿਹੜੇ ਅਰਥ ਨੇ ਇਹ ਇਤਿਹਾਸਕ ਦੇ ਪ੍ਰਥਾਈ ਹਨ, ਇਤਿਹਾਸ ਦੇ ਵਿੱਚ ਜਿਸ ਤਰ੍ਹਾਂ ਵਾਪਰਿਆ। ਧਰਮ ਕਲਾ ਹਰ ਬੰਦ ਬਹਾਲੀ, ਮਨ ਚਿੰਦਿਆ ਸਤਿਗੁਰੂ ਦਿਵਾਇਆ, ਭਏ ਅਚਿੰਤ ਏਕ ਲਿਵ ਲਾਇਆ, ਜਿਉਂ ਬਾਲਕ ਪਿਤਾ ਉੱਪਰ ਕਰੇ ਬਹੁ ਮਾਣ, ਬੁਲਾਇਆ ਬੋਲੇ ਗੁਰ ਕੈ ਭਾਣ, ਭਾਈ ਗੁੱਝੀ ਸੰਨੀ ਨਾਹੀ ਬਾਤ, ਕੋਈ ਲੁਕੀ ਹੋਈ ਗੱਲ ਨਹੀਂ ਹੈ, ਗੁੱਝੀ ਗੱਲ ਨਹੀਂ, ਗੁਰੂ ਨਾਨਕ ਤੁੱਠਾ ਕਿੰਨੀ ਦਾਤ। ਗੁਰੂ ਨਾਨਕ ਖੁਸ਼ ਹੋਏ ਨੇ, ਅਕਾਲ ਪੁਰਖ ਵਾਹਿਗੁਰੂ ਇਹ ਪੁੱਤਰ ਦੀ ਦਾਤ ਮਿਲੀ। ਧੰਨ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਪੰਜਵੇਂ ਪਾਤਸ਼ਾਹ ਜੀ ਅੰਮ੍ਰਿਤਸਰ ਸਾਹਿਬ ਵਿਖੇ, ਹਰਿਮੰਦਰ ਸਾਹਿਬ ਵਿਖੇ ਬਿਰਾਜਮਾਨ ਨੇ। ਸਮਾਂ ਚੱਲ ਰਿਹਾ ਮਾਤਾ ਗੰਗਾ ਜੀ ਨੇ ਜਿਸ ਤਰ੍ਹਾਂ ਆਪਣੇ ਮਲੇਸ਼ੀਆ ਦੇ ਵਿੱਚ ਜਨੀ ਰੁੱਤ ਆਉਂਦੀ, ਜਦੋਂ ਇੰਡੀਆ ਦੇ ਵਿੱਚ ਠੰਡ ਦਾ ਮੌਸਮ ਚਲਿਆ ਜਾਂਦਾ, ਗਰਮੀਆਂ ਦਾ ਮੌਸਮ ਆਰੰਭ ਹੋ ਜਾਂਦਾ, ਫਿਰ ਕੀ ਕਰਦੀਆਂ ਨੇ ਬੀਬੀਆਂ, ਜਿੰਨੇ ਵੀ ਮੋਟੇ ਕੱਪੜੇ ਨੇ ਸਾਰਿਆਂ ਨੂੰ ਧੋ ਕੇ ਸਵਾਰ ਕੇ ਸੁਕਾ ਕੇ ਧੁੱਪ ਲਵਾ ਕੇ ਚੰਗੀ ਤੈਅ ਮਾਰ ਕੇ ਪੇਟੀਆਂ ਦੇ ਵਿੱਚ ਰੱਖ ਦਿੰਦੇ ਨੇ। ਹੁਣ ਠੰਡ ਦਾ ਮੌਸਮ ਲੰਘਿਆ, ਗਰਮੀ ਆਰੰਭ ਹੋਈ ਆ, ਜਿੰਨੇ ਵੀ ਕੱਪੜੇ ਸਨ ਮੋਟੇ ਸਿਆਲ ਵਾਲੇ ਮਾਤਾ ਗੰਗਾ ਜੀਆਂ ਨੇ ਸੇਵਾਦਾਰਾਂ ਨੂੰ ਬੀਬੀਆਂ ਨੂੰ ਨਾਲ ਲਾ ਕੇ ਸਾਰੇ ਧਵਾ ਦਿੱਤੇ ਅਤੇ ਸੁੱਕਣੇ ਪਾ ਦਿੱਤੇ, ਕੋਠੇ 'ਤੇ ਇੱਕ ਤਾਰ ਬੰਨੀ ਅਤੇ ਸੁੱਕ ਰਹੇ ਨੇ ਦੁਸਾਲੇ। ਜਿਹੜੇ ਉਹ ਕੱਪੜੇ ਸਨ ਨਾ, ਉਹ ਆਮ ਨਹੀਂ ਸਨ। ਗੁਰੂ ਅਰਜਨ ਦੇ ਪਾਤਸ਼ਾਹ ਜੀ ਦੇ ਦਰ ਘਰ ਦੇ ਜਿਹੜੇ ਵਸਤਰ ਸਨ, ਦੁਆਸਾਲੇ ਸਨ, ਉਹਨਾਂ ਨੂੰ ਕਿਉਂਕਿ ਬੜੇ ਦੂਰੋਂ ਦੂਰੋਂ ਆਉਂਦੇ ਨੇ ਸ਼ਰਧਾਲੂ ਭੇਟਾਵਾਂ ਲੈ ਕੇ, ਸ਼ਾਹੂਕਾਰ ਅਮੀਰ ਮਹਾਰਾਜਿਆ ਭੇਟਾ ਪ੍ਰਵਾਨ ਕਰੋ, ਭੇਟਾ ਕੀ ਬੜਾ ਸੋਹਣੇ ਦੁਸਾਲੇ ਕੱਪੜੇ ਜਿਨ੍ਹਾਂ ਨੂੰ ਹੀਰੇ ਪੰਨੇ ਲਾਲ ਮੋਤੀ ਜੜੇ ਹੋਏ ਨੇ। ਜਦੋਂ ਉਹ ਹੀਰੇ ਪੰਨੇ ਲਾਲ ਮੋਤੀ ਜੜੇ ਹੋਏ ਕੱਪੜਿਆਂ ਨੂੰ ਆਪਾਂ ਧੋ ਕੇ ਐਂ ਧੁੱਪੇ ਸੁਕਾਵਾਂਗੇ ਨਾ ਕੋਠੇ 'ਤੇ, ਜਦੋਂ ਸੂਰਜ ਦਾ ਉਹਨਾਂ 'ਤੇ ਪ੍ਰਕਾਸ਼ ਪਊ ਉਹ ਚਮਕਣਗੇ। ਉਸੇ ਤਰ੍ਹਾਂ ਕੋਠੇ 'ਤੇ ਪਾਏ ਹੋਏ ਕੱਪੜੇ, ਸੂਰਜ ਦਾ ਪ੍ਰਕਾਸ਼ ਪਿਆ, ਰੋਸ਼ਨੀ ਪਈ, ਉਹ ਬੜੇ ਚਮਕ ਰਹੇ ਨੇ। ਅਤੇ ਦੂਸਰੇ ਹੀ ਪਾਸੇ ਪ੍ਰਿਥੀ ਚੰਦ ਦੀ ਘਰਵਾਲੀ ਬੀਬੀ ਕਰਮੋ, ਉਹ ਵੀ ਕੋਠੇ 'ਤੇ ਚੜ੍ਹੇ ਆਪਣੇ ਕੱਪੜੇ ਸੁਕਾਉਣ, ਜਦੋਂ ਹੀ ਉਹਨੇ ਨਜ਼ਰ ਮਾਰੀ ਮਾਤਾ ਗੰਗਾ ਜੀਆਂ ਦੇ ਘਰ ਵੱਲ, ਇੰਨੇ ਕੀਮਤੀ ਦੁਸਾਲੇ ਜਦੋਂ ਵੇਖੇ ਉਹ ਚਮਕ ਪਈ, ਉਹਦਾ ਸਿਰ ਫਟ ਗਿਆ, ਐ ਦੰਦਲ ਪੈਣ ਵਾਲੀ ਹੋ ਗਈ, ਉੱਪਰਲੇ ਸਾਂ ਉੱਪਰ, ਥੱਲੜਲੇ ਸਾਂ ਥੱਲੇ। ਜਿਹੜੀ ਮਾਤਾ ਕਰਮੋ ਦੀ ਦਾਸੀ ਸੀ ਨਾ, ਉਹਨੇ ਉਹਨੂੰ ਫੜਿਆ, ਹੱਥਾਂ ਦੇ ਨਾਲ ਫੜ ਕੇ ਹੌਲੀ ਹੌਲੀ ਪੌੜੀਆਂ ਉਤਾਰਿਆ, ਥੱਲੇ ਲਿਆ ਕੇ ਮੰਜੇ 'ਤੇ ਪਾਇਆ। ਕਿਉਂ, ਕੀ ਹੋਇਆ, ਜਿਹੜੀ ਕਰਮੋ ਆ ਇਹ ਵੱਡੀ ਸੀ, ਮਾਤਾ ਗੰਗਾ ਜੀ ਛੋਟੇ ਸਨ, ਉਹ ਦਰਾਣੀ ਸੀ, ਮਾਤਾ ਕਰਮੋ ਜਠਾਣੀ ਸੀ ਵੱਡੀ।
ਪਰ ਜਿੰਨੀ ਮਾਇਆ ਧਨ ਦੌਲਤ ਧਨ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਪਾਤਸ਼ਾਹ ਜੀ ਦੇ ਚਰਨਾਂ ਦੇ ਵਿੱਚ ਸੀ, ਉਹਨਾਂ ਦੇ ਬਲ ਸੀ, ਉਨੀ ਮਾਇਆ ਪ੍ਰਿਥੀ ਚੰਦ ਕੋਲ ਨਹੀਂ ਸੀ। ਸੰਗਤਾਂ ਸ਼ਰਧਾਲੂ ਜਨ ਭੇਟਾਵਾ ਉਨੀਆਂ ਪ੍ਰਿਥੀ ਚੰਦ ਨੂੰ ਨਹੀਂ ਦਿੰਦੇ ਸਨ। ਬੇਸ਼ੱਕ ਉਸ ਸਮੇਂ ਪ੍ਰਿਥੀ ਚੰਦ ਦਾ ਬੜਾ ਨਾਮ ਸੀ, ਗੁਰੂ ਰਾਮਦਾਸ ਚੌਥੇ ਪਾਤਸ਼ਾਹ ਜੀ ਦੇ ਵੱਡੇ ਪੁੱਤਰ ਸਨ ਪ੍ਰਿਥੀ ਚੰਦ ਜੀ, ਪੂਜੇ ਜਾਂਦੇ ਸਨ, ਮੰਨਦੇ ਸਨ, ਸ਼ਰਧਾਲੂ ਉਹਨਾਂ ਦੇ ਵੀ ਬਹੁਤ ਸਨ। ਪਰ ਇੰਨੀ ਮਾਇਆ ਨਹੀਂ ਸੀ, ਦੰਦਲ ਪੈ ਗਈ, ਬੜਾ ਸਿਰ ਨੂੰ ਚੜ੍ਹ ਗਿਆ ਬੁਖਾਰ, ਨੌਕਰਾਣੀ ਨੇ ਸਾਂਭਿਆ, ਮੰਜੇ 'ਤੇ ਪਾਇਆ, ਕਿਉਂਕਿ ਨਹੀਂ ਜਰ ਸਕੀ ਆਪਣੀ ਛੋਟੀ ਦਰਾਣੀ ਕੋਲ ਇੰਨਾ ਕੀਮਤੀ ਕੱਪੜੇ ਦੁਸਾਲੇ। ਸੋ ਜਦੋਂ ਸ਼ਾਮ ਨੂੰ ਆਇਆ ਪ੍ਰਿਥੀ ਚੰਦ ਘਰ ਦੇ ਵਿੱਚ, ਸਾਰੀ ਵਾਰਤਾ ਉਹਨੂੰ ਦੱਸੀ ਵੀ ਆਹ ਗੱਲ ਹੋਈ ਆ ਜੀ, ਜਦੋਂ ਕਰਮ ਉੱਪਰ ਗਈ ਕੱਪੜੇ ਸੁਕਾਉਣ, ਸਾਹਮਣੇ ਮਾਤਾ ਗੰਗਾ ਜੀ ਦੇ ਕੋਠੇ 'ਤੇ ਨਿਗਾਹ ਪਈ, ਬੜੇ ਸੋਹਣੇ ਦੁਸਾਲੇ ਸੁੱਕ ਰਹੇ ਸਨ, ਇਹਦੇ ਮਨ ਨੂੰ ਉਹ ਠੇਸ ਲੱਗੀ। ਪ੍ਰਿਥੀ ਚੰਦ ਜੀ ਕਹਿੰਦੇ ਗੱਲ ਹੀ ਕੋਈ ਨਹੀਂ, ਉਹਨੇ ਆਪਣੇ ਗੀਜੇ ਦੇ ਵਿੱਚ ਹੱਥ ਮਾਰਿਆ, ਸਿਉਣੇ ਚਾਂਦੀ ਦੀਆਂ ਮੋਹਰਾਂ ਇੰਨੀਆਂ ਸਾਰੀਆਂ ਕੱਢ ਕੇ ਬੀਬੀ ਕਰਮ ਨੂੰ ਫੜਾ ਦਿੱਤੀਆਂ, ਲੈ ਭਾਈ ਬੀਬੀ ਤੂੰ ਐਂ ਕਰੀ, ਮਣ ਪਾਉਂਦੇ ਵਸਤਰ ਖਰੀਦ ਲਈ, ਉਹਨਾਂ ਨੂੰ ਪੰਨੇ ਹੀਰੇ ਮੋਤੀ ਜੜਾ ਲਈ। ਗੱਲ ਹੀ ਕੋਈ ਨਹੀਂ, ਇਹ ਕਿਹੜੀ ਵੱਡੀ ਗੱਲ ਹੈ, ਇਹ ਦੁਖੀ ਆਉਣ ਵਾਲੀ ਗੱਲ ਨਹੀਂ ਹੈ, ਇਹ ਦੁਖੀ ਆਉਣ ਨਾਲੇ ਉਹ ਤਾਂ ਆਪਣੇ ਕੋਲ ਹੀ ਆਉਣਾ ਸਾਰਾ ਸਮਾਨ, ਜਿੰਨੇ ਕੀਮਤੀ ਵਸਤਰ ਨੇ ਦਵਾ ਲੈਣੇ, ਕਿਉਂਕਿ ਗੁਰੂ ਅਰਜਨ ਦੇਵ ਪਾਤਸ਼ਾਹ ਜੀ ਦੇ ਘਰ ਤਾਂ ਕੋਈ ਔਲਾਦ ਹੋਣੀ ਨਹੀਂ, ਮੇਰਾ ਸਰਾਪ। ਪ੍ਰਿਥੀ ਚੰਦ ਨੇ ਬਚਨ ਕੀਤੇ, ਨਾਲੇ ਉਹਨੇ ਮੇਰਾ ਸਰਾਪ ਆ, ਚੜ੍ਹਦੀ ਉਮਰ ਹੀ ਮਰ ਜਾਣਾ, ਚੜ੍ਹਾਈ ਕਰ ਜਾਣਾ, ਜਿੰਨਾ ਹੀ ਧਨ ਦੌਲਤ ਆ ਸਾਰਾ ਹੀ ਆਪਣੇ ਪੁੱਤਰ ਮਿਹਰਬਾਨ ਨੂੰ ਮਿਲੂਗਾ। ਇਹ ਐਵੇਂ ਮਨ ਦੇ ਵਿੱਚ ਘਬਰਾ ਜਾਣਾ, ਡਰ ਜਾਣਾ, ਦੁਖੀ ਹੋ ਜਾਣਾ, ਇਹ ਗੱਲਾਂ ਛੱਡ ਦਿਓ। ਪ੍ਰੀਤੀ ਚੰਦ ਨੇ ਇਸ ਤਰ੍ਹਾਂ ਦਾ ਦਿਲਾਸਾ ਦਿੱਤਾ। ਸੋ ਇਹ ਗੱਲ ਤਾਂ ਪਹਿਲਾਂ ਵੀ ਅੰਮ੍ਰਿਤਸਰ ਦੇ ਵਿੱਚ ਪ੍ਰਚਲਿਤ ਸੀ, ਕਹਿੰਦੇ ਸਨ ਪ੍ਰੀਤੀ ਚੰਦ ਦਾ ਸਰਾਪ ਆ ਗੁਰੂ ਅਰਜਨ ਦੇਵ ਪਾਤਸ਼ਾਹ ਜੀਆਂ ਨੂੰ ਵੀ ਚੜ੍ਹਦੀ ਉਮਰੇ ਚੜ੍ਹਾਈ ਕਰ ਜਾਣਾ, ਮਰ ਜਾਣਾ ਹੈ, ਨਾਲੇ ਉਹਨਾਂ ਦੇ ਘਰ ਬੱਚਾ ਨਹੀਂ ਹੋਣਾ ਹੈ। ਇਸ ਤਰ੍ਹਾਂ ਦੀ ਅਫਵਾਹ, ਪ੍ਰੋਪੋਗੰਡਾ ਇਹ ਅੰਮ੍ਰਿਤਸਰ ਦੇ ਵਿੱਚ ਆਮ ਚੱਲਦਾ ਸੀ, ਪਰ ਗੁਰੂ ਅਰਜਨ ਦੇਵ ਪਾਤਸ਼ਾਹ ਜੀ ਇਹਨਾਂ ਗੱਲਾਂ ਨੂੰ ਸੁਣੀਆਂ ਨੂੰ ਅਣਸੁਣੀਆਂ ਕਰਦੇ ਸਨ। ਪਰ ਜਿਹੜਾ ਕਿ ਬੰਦਾ ਹੁੰਦਾ ਨਾ, ਉਹ ਤਾਂ ਫਿਰ ਵੀ ਗੁਰੂ ਸਨ, ਉਹ ਤਾਂ ਬੰਦਾ ਝੱਲ ਲੈਂਦਾ, ਪਰ ਉਹ ਤਾਂ ਗੁਰੂ ਨੇ ਤਾਂ ਝੱਲਣਾ ਹੀ ਝੱਲਣਾ, ਪਰ ਬੀਬੀਆਂ ਦੇ ਮਨ ਦੇ ਵਿੱਚ ਥੋੜ੍ਹਾ ਰਹਿ ਜਾਂਦਾ। ਜਦੋਂ ਮਾਤਾ ਗੰਗਾ ਜੀਆਂ ਨੂੰ ਆ ਕੇ ਦੱਸਿਆ, ਉਹਦੀਆਂ ਸਖੀਆਂ ਸਹੇਲੀਆਂ ਨੇ ਵੀ ਕਰਮੋ ਦੇ ਘਰ ਆਹ ਗੱਲ ਹੋਈ ਆ, ਪ੍ਰਿਥੀ ਚੰਦ ਦਾ ਸਰਾਪ ਆ, ਗੁਰੂ ਅਰਜਨ ਦੇਵ ਨੇ ਤਾਂ ਤੁਹਾਡੇ ਸੁਹਾਗ ਨੇ ਚੜ੍ਹਦੀ ਉਮਰੇ ਚੜ੍ਹਾਈ ਕਰ ਜਾਣਾ ਹੈ, ਤੁਹਾਡੇ ਘਰ ਬੱਚਾ ਨਹੀਂ ਹੋਣਾ, ਔਰਤ ਨਪੁੱਤੇ ਮਰਨਗੇ, ਤਾਂ ਸਾਰਾ ਕੁਛ ਮਿਹਰਬਾਨ ਨੂੰ ਮਿਲਣਾ ਹੈ, ਇਹਨਾਂ ਦੇ ਘਰ ਕਿਹੜਾ ਕੋਈ ਬੱਚੇ ਨੇ ਜਨਮ ਲੈਣਾ। ਸੋ ਮਾਤਾ ਗੰਗਾ ਜੀ ਦੇ ਮਨ ਨੂੰ ਇਹ ਠੇਸ ਲੱਗੀ, ਥੋੜ੍ਹਾ ਦੁੱਖ ਪਹੁੰਚਿਆ। ਹੁਣ ਜਦੋਂ ਸ਼ਾਮ ਨੂੰ ਸੰਗਤਾਂ ਤੋਂ ਵਿਦਾਇਗੀ ਲੈ ਕੇ ਗੁਰੂ ਅਰਜਨ ਦੇਵ ਪਾਤਸ਼ਾਹ ਆਪਣੇ ਮਹਿਲਾਂ ਦੇ ਵਿੱਚ ਪਰਤੇ, ਤਾਂ ਮਾਤਾ ਗੰਗਾ ਜੀਆਂ ਨੇ ਬਚਨ ਕੀਤੇ ਵੀ ਪਾਤਸ਼ਾਹ ਜੀ ਕਿਰਪਾ ਕਰੋ, ਸਾਰੇ ਜਗਤ ਨੂੰ ਤੁਸੀਂ ਦਾਤਾਂ ਦਿੰਦੇ ਹੋ,
ਜੋ ਆਪ ਜੀ ਦੇ ਦਰ 'ਤੇ ਆਉਂਦਾ ਹੈ, ਦਾਤਾਂ ਦੇ ਨਾਲ ਮੂੰਹ ਮੰਗੀਆਂ ਮੁਰਾਦਾਂ ਪਾਉਂਦਾ ਹੈ, ਝੋਲੀਆਂ ਭਰਦੇ ਹੋ, ਆਪਣੀ ਝੋਲੀ ਖਾਲੀ ਆ, ਗੱਲਾਂ ਸੁਣਨ ਨੂੰ ਮਿਲਦੀਆਂ ਨੇ ਵੀ ਇਹਨਾਂ ਦੇ ਘਰ ਬੱਚਾ ਨਹੀਂ ਹੋਣਾ, ਇਹ ਤਾਂ ਔਤ ਨੂੰ ਪੁੱਤੇ ਜਾਣਗੇ ਅਤੇ ਚੜ੍ਹਦੀ ਉਮਰ ਚੜ੍ਹਾਈ ਕਰ ਜਾਣਾ ਹੈ, ਇਸ ਤਰ੍ਹਾਂ ਦੀਆਂ ਗੱਲਾਂ ਸੁਣਨ ਨੂੰ ਮਿਲਦੀਆਂ ਨੇ, ਚੰਗੀ ਗੱਲ ਨਹੀਂ। ਇਹ ਮਾਤਾ ਜੀ ਨੇ ਅੱਜ ਨਹੀਂ ਕਿਹਾ, ਪਹਿਲਾਂ ਵੀ ਕਈ ਵਾਰ ਗੁਰੂ ਅਰਜਨ ਦੇਵ ਪਾਤਸ਼ਾਹ ਜੀ ਨੂੰ ਇਹ ਬੇਨਤੀ ਕੀਤੀ ਸੀ, ਅੱਜ ਕੁਝ ਜ਼ਿਆਦਾ ਹੀ ਵੈਰਾਗ ਦੇ ਵਿੱਚ ਕੀਤੀ। ਗੁਰੂ ਅਰਜਨ ਦੇਵ ਪਾਤਸ਼ਾਹ ਜੀ ਸ਼ਾਂਤ ਸੁਭਾਅ, ਸ਼ਾਂਤੀ ਦੇ ਪੁੰਜ, ਕਹਿੰਦੇ ਕੁਝ ਮੰਗੀਦਾ ਨਹੀਂ ਰੱਬ ਤੋਂ, ਸ਼ੁਕਰਾਨਾ ਕਰੀਦਾ, ਜਿੰਨੀਆਂ ਦਾਤਾਂ ਅਕਾਲ ਪੁਰਖ ਵਾਹਿਗੁਰੂ ਨੇ ਦਿੱਤੀਆਂ ਨੇ ਉਹ ਘੱਟ ਨਹੀਂ, ਜਿੰਨੀਆਂ ਦਾਤਾਂ ਪਰਮਾਤਮਾ ਨੇ ਵਾਹਿਗੁਰੂ ਨੇ ਦਿੱਤੀਆਂ ਨੇ ਉਹਨਾਂ ਦਾ ਸ਼ੁਕਰਾਨਾ ਕਰੋ। ਆਪਾਂ ਇੱਕ ਦਾਤ ਨੂੰ ਅੱਗੇ ਰੱਖ ਕੇ ਪਰਚੀ ਲਿਖ ਕੇ ਅੱਗੇ ਮਹਾਰਾਜ ਨੂੰ ਸਿਕਵਾ ਕਰਦੇ ਹਾਂ, ਦਸ ਵਸਤੂ ਲੈ ਪਾਛੇ ਪਾਵੇ, ਆਪਣਾ ਸੁਭਾਅ ਨਾ ਦਸ ਦਾਤਾਂ ਦਸ ਵਸਤੂਆਂ ਅਸੀਂ ਆਪਣੇ ਪਿੱਠ ਪਿੱਛੇ ਕਰ ਲੈਂਦੇ ਹਾਂ। ਏਕ ਵਸਤ ਕਾਰਨ ਵਿਖੋਟ ਗਵਾਵੇ, ਇੱਕ ਕਿਧਰੇ ਪਦਾਰਥ ਕੋਈ ਮਿਲਿਆ ਨਹੀਂ ਦਾਤ, ਉਹ ਦਾਤ ਨੂੰ ਅੱਗੇ ਰੱਖ ਕੇ ਅਰਦਾਸਾਂ ਕਰਦਿਆਂ ਬੇਨਤੀਆਂ ਕਰਦਿਆਂ, ਉਹ ਮੂਰਖਾ ਏਕ ਵੀ ਨਾ ਦੇ ਦਸ ਵੀ ਹਿਰਲੇ, ਉਹ ਜਿਹੜੀ ਤੂੰ ਇੱਕ ਮੰਗਦਾ ਉਹ ਵੀ ਨਾ ਅਕਾਲ ਪੁਰਖ ਵਾਹਿਗੁਰੂ ਰੱਬ ਦੇਵੇ, ਅਤੇ ਜਿਹੜੀਆਂ ਦਸ ਪਿੱਛੇ ਕਰੀਆਂ ਨੇ ਲੁਕੋਈਆਂ ਨੇ ਉਹ ਵੀ ਹਿਰਲੇ ਉਹ ਵੀ ਖੋਲੇ। ਤੋ ਮੂੜਾ ਕੋਹ ਕਹਾਂ ਕਰੇ, ਉਹ ਮੂਰਖਾ ਫਿਰ ਕੀ ਕਰ ਲਏਗਾ ਤੂੰ, ਸਦਾ ਉਸ ਅਕਾਲ ਪੁਰਖ ਵਾਹਿਗੁਰੂ ਦਾ ਸ਼ੁਕਰਾਨਾ ਕਰੀਏ, ਭਾਣੇ ਨੂੰ ਮੰਨੀਏ ਜੋ ਵਾਹਿਗੁਰੂ ਨੇ ਲਿਖਿਆ, ਸਾਈ ਭਲੀ ਕਾਰ ਉਹਨੂੰ ਸਵੀਕਾਰ ਕਰਨਾ, ਨਾਮ ਜਪੋ। ਮਾਤਾ ਗੰਗਾ ਜੀ ਨੂੰ ਗੁਰੂ ਅਰਜਨ ਦੇਵ ਪਾਤਸ਼ਾਹ ਜੀ ਕਹਿੰਦੇ ਸਿਮਰਨ ਕਰਨਾ, ਨਾਮ ਜਪਣਾ, ਪ੍ਰਭੂ ਦੇ ਭਾਣੇ ਦੇ ਵਿੱਚ ਰਹਿਣਾ, ਦਾਤਾਂ ਨਹੀਂ ਬਹੁਤੀਆਂ ਮੰਗਣੀਆਂ ਚਾਹੀਦੀਆਂ। ਅਤੇ ਫਿਰ ਮਾਤਾ ਗੰਗਾ ਜੀ ਨੇ ਫਿਰ ਬੇਨਤੀ ਕੀਤੀ ਹੈ, ਜਾਨਵਰਾਂ ਦੇ ਪਸ਼ੂਆਂ ਦੇ ਪੰਛੀਆਂ ਦੇ ਵੀ ਬੱਚੇ ਹੋ ਜਾਂਦੇ ਆ, ਆਪਣੇ ਘਰ ਦੇ ਵਿੱਚ ਇਹ ਜਿਹੜੀ ਗੋ ਦਾ ਖਾਲੀ ਜਾ ਰਹੀ ਆ। ਸੋ ਇਹ ਉਸ ਤੋਂ ਬਾਅਦ ਵੀ ਫਿਰ ਘਟਨਾ ਵਾਪਰੀਆਂ ਨੇ, ਕਈਆਂ ਨੇ ਬੀਬੀਆਂ ਨੇ ਰੌਲਾ ਪਾਇਆ ਵੀ ਇਹਨਾਂ ਦੇ ਘਰ ਬੱਚਾ ਨਹੀਂ ਆਉਣਾ। ਮਾਤਾ ਗੰਗਾ ਜੀ ਨੇ ਫਿਰ ਜਾ ਕੇ ਗੁਰੂ ਅਰਜਨ ਦੇਵ ਪਾਤਸ਼ਾਹ ਜੀ ਨੂੰ ਬੇਨਤੀ ਕੀਤੀ, ਗੁਰੂ ਅਰਜਨ ਦੇਵ ਪਾਤਸ਼ਾਹ ਜੀ ਫਿਰ ਕਹਿੰਦੇ ਵੀ ਐਂ ਕਰੋ ਮਾਤਾ ਗੰਗਾ ਜੀ, ਆਪਣੇ ਅਰਦਾਸ ਕਰਾਓ ਗ੍ਰੰਥੀ ਸਿੰਘ ਤੋਂ। ਬਾਬਾ ਬੁੱਢਾ ਜੀ ਗ੍ਰੰਥੀ ਸਿੰਘ ਥਾਪੇ ਹੋਏ ਨੇ ਗੁਰੂ ਘਰ ਦੇ, ਤੁਸੀਂ ਐਂ ਕਰੋ ਗ੍ਰੰਥੀ ਸਿੰਘ ਤੋਂ ਅਰਦਾਸ ਬੇਨਤੀ ਕਰਾਓ, ਜੋ ਦਾਤ ਤੁਸੀਂ ਚਾਹੁੰਦੇ ਹੋ ਉਹਨਾਂ ਨੂੰ ਦੱਸੋ ਅਤੇ ਉਹ ਤੁਹਾਨੂੰ ਦਾਤਾਂ ਦੇਣਗੇ। ਇੱਥੋਂ ਜਿਹੜੀਆਂ ਦਾਤਾਂ ਨੇ ਨਾ ਉਹ ਸੰਗਤਾਂ ਵਾਸਤੇ, ਸੰਸਾਰ ਵਾਸਤੇ ਨੇ। ਹੁਣ ਆਪਾਂ ਘਰ ਦੇ ਵਿੱਚ ਹੀ ਵਰਤੀ ਜਾਈਏ ਉਹ ਦਾਤਾਂ ਆਪਾਂ ਆਪ ਹੀ ਵਰਤ ਲਈਏ ਨਹੀਂ ਚੰਗਾ, ਅਕਾਲ ਪੁਰਖ ਵਾਹਿਗੁਰੂ ਦਾ ਦਾਰਾ ਸੰਗਤਾਂ ਵਾਸਤੇ ਆ, ਆਪਣੇ ਵਾਸਤੇ। ਜੇ ਆਪ ਦਾਤ ਲੈਣੀ ਆ ਤਾਂ ਬ੍ਰਹਮ ਗਿਆਨੀ ਤਤ ਬੇਤੇ, ਬ੍ਰਹਮ ਗਿਆਨੀ ਆਪ ਪਰਮੇਸ਼ਰ ਬਾਬਾ ਬੁੱਢਾ ਜੀ ਉਹਨਾਂ ਕੋਲ ਜਾਓ, ਅਰਦਾਸ ਕਰਾਓ ਅਤੇ ਮੂੰਹੋਂ ਮੰਗੀਆਂ ਮੁਰਾਦਾਂ ਉੱਥੋਂ ਮਿਲਣਗੀਆਂ। ਅਤੇ ਨਾਲ ਹੀ ਗੁਰੂ ਅਰਜਨ ਦੇਵ ਪਾਤਸ਼ਾਹ ਜੀ ਕਹਿੰਦੇ ਭਾਈ ਪ੍ਰਸ਼ਾਦਾ ਪਾਣੀ ਛਕਾ ਕੇ ਫਿਰ ਅਰਦਾਸ ਕਰਾਇਓ। ਇੰਨਾ ਕਹਿ ਕਹਿ ਗੁਰੂ ਅਰਜਨ ਦੇਵ ਪਾਤਸ਼ਾਹ ਜੀ ਬਿਰਾਜਮਾਨ ਹੋ ਗਏ ਨੇਗੇ, ਅਤੇ ਮਾਤਾ ਗੰਗਾ ਜੀ ਨੇ ਸਖੀਆਂ ਨੂੰ ਸਹੇਲੀਆਂ ਨੂੰ ਨਾਲ ਲਿੱਤਾ
ਵੀ ਆਪਾਂ ਮੈਂ ਕੱਲ੍ਹ ਨੂੰ ਬਾਬਾ ਬੁੱਢਾ ਜੀ ਨੂੰ ਪ੍ਰਸ਼ਾਦਾ ਛਕਾਉਣ ਜਾਣਾ। ਮਾਤਾ ਗੰਗਾ ਜੀ ਦੀ ਸਖੀ ਕਹਿੰਦੀ ਮੈਂ ਵੀ ਨਾਲ ਜਾਊਂ, ਦੂਜੀ ਕਹਿੰਦੀ ਮੈਂ ਵੀ ਜਾਊਂ, ਤੀਜੀ ਕਹਿੰਦੀ ਮੈਂ ਵੀ ਜਾਊਂ, ਚੌਥੀ ਕਹਿੰਦੀ ਮੈਂ ਵੀ, ਕਿੰਨਾ ਹੀ ਟਾਈਮ ਹੋ ਗਿਆ ਬਾਹਰ ਹੀ ਨਹੀਂ ਨਿਕਲੀ ਹਰਿਮੰਦਰ ਸਾਹਿਬ ਤੋਂ, ਮੈਂ ਵੀ ਨਾਲ ਜਾਊਂ। ਐਂ ਕਰਦਿਆਂ ਕਰਦਿਆਂ ਜਿੰਨੀਆਂ ਹੀ ਸਖੀਆਂ ਸਹੇਲੀਆਂ ਦੀਆਂ ਮਾਤਾ ਗੰਗਾ ਜੀ ਨਾਲ ਸਾਰੀਆਂ ਰਲ ਗਈਆਂ। ਕਹਿੰਦੇ ਫਿਰ ਉਹ ਕਹਿੰਦੀ ਮੈਨੂੰ ਆਹ ਪਦਾਰਥ ਵਧੀਆ ਬਣਾਉਣਾ ਆਉਂਦਾ, ਮੈਨੂੰ ਆਹ ਲੰਗਰ ਵਧੀਆ ਬਣਾਉਣਾ ਆਉਂਦਾ। ਕਹਿੰਦੇ ਮਠਿਆਈ ਬਣਾਉਣੀ ਆ, ਹਲਵਾਈ ਲਾਓ, ਹਲਵਾਈ ਲਾਵਾਂਗੇ ਆਪਾਂ, ਮਠਿਆਈ ਵਧੀਆ ਬਣਾ ਕੇ ਲੈ ਕੇ ਜਾਵਾਂਗੇ। ਹਲਵਾਈ ਲਾ ਲਿਆ, 36 ਪਦਾਰਥ ਤਿਆਰ ਕੀਤੇ ਅਤੇ ਕਹਿੰਦੇ ਹਨ ਇੱਕ ਰੱਥ ਕੇਵਲ ਅਤੇ ਕੇਵਲ ਪਦਾਰਥਾਂ ਦੇ ਨਾਲ ਹੀ ਭਰ ਗਿਆ। ਇੰਨੇ ਪਦਾਰਥ ਤਿਆਰ ਕੀਤੇ, ਇੱਕ ਰੱਥ ਦੇ ਵਿੱਚ ਮਾਤਾ ਗੰਗਾ ਜੀ, ਜਿਸ ਰੱਥ ਦੇ ਵਿੱਚ ਮਾਤਾ ਗੰਗਾ ਜੀ ਬਿਰਾਜਮਾਨ ਹੁੰਦੇ ਸਨ, ਉਹ ਰੱਥ ਦੇ ਵਿੱਚ ਉਹਨਾਂ ਦੀਆਂ ਨਾਲ ਦੀਆਂ 2 ਮੇਨ ਸਖੀਆਂ ਦਾਸੀਆਂ ਹੁੰਦੀਆਂ ਸਨ ਅਤੇ 2 ਰੱਥ ਹੋਰ ਉਹਨਾਂ ਦੀਆਂ ਸਖੀਆਂ ਦੇ ਸਹੇਲੀਆਂ ਦੇ ਤਿਆਰ ਹੋ ਗਏ। ਸਵੇਰੇ ਸਵੇਰੇ ਸਾਰਾ ਲੰਗਰ ਪਾਣੀ ਤਿਆਰ ਕਰਕੇ ਰੱਥ ਦੇ ਵਿੱਚ ਰੱਖ ਕੇ ਰੱਥ ਨੂੰ ਬੜਾ ਸ਼ਿੰਗਾਰਿਆ, ਫੁੱਲ ਲਾਏ, ਘਾਂਟੀਆਂ ਲਾਈਆਂ। ਮਾਤਾ ਗੰਗਾ ਜੀ ਦੇ ਰੱਥ ਦਾ ਵੀ ਬਿਆਨ ਆ ਸੂਰਜ ਪ੍ਰਕਾਸ਼ ਦੇ ਵਿੱਚ, ਕਿੰਨਾ ਸੋਹਣਾ ਮਾਤਾ ਗੰਗਾ ਜੀ ਦਾ ਰੱਥ ਆ। ਕਹਿੰਦੇ ਰਾਜੇ ਮਹਾਰਾਜਿਆਂ ਦੀਆਂ ਰਾਣੀਆਂ ਦੇ ਜਿਹੜੇ ਰੱਥ ਨੇ ਨਾ, ਕਹਿੰਦੇ ਉਹ ਵੀ ਫਿੱਕੇ ਪੈ ਜਾਂਦੇ ਸਨ, ਜਿਹੜਾ ਮਾਤਾ ਗੰਗਾ ਜੀ ਦਾ ਰੱਥ ਸੀਗਾ। ਸੋ ਸਵੇਰੇ ਸਵੇਰੇ ਮਾਤਾ ਗੰਗਾ ਜੀ ਰੱਥ ਦੇ ਵਿੱਚ ਲੰਗਰ ਪਾਣੀ ਤਿਆਰ, ਸਖੀਆਂ ਦੇ ਨਾਲ ਰੱਥਾਂ 'ਤੇ ਚੜ੍ਹ ਕੇ ਬਾਬਾ ਬੁੱਢਾ ਜੀ ਉਸ ਸਮੇਂ ਬੀੜ ਦੇ ਵਿੱਚ ਸੇਵਾ ਕਰਦੇ ਸਨ, ਹਰਿਮੰਦਰ ਸਾਹਿਬ ਦੇ ਵਿੱਚ ਨਹੀਂ ਸਨ, ਉਹਨਾਂ ਦੀ ਸੇਵਾ ਬੀੜ ਦੇ ਵਿੱਚ ਸੀ, ਖੇਤਾਂ ਦੇ ਵਿੱਚ, ਖੇਤਾਂ ਦੀ ਦੇਖਭਾਲ ਕਰਨੀ, ਮੱਝਾਂ ਗਾਵਾਂ ਦੇ ਨਾਲ ਉਹਨਾਂ ਦੀ ਸੇਵਾ ਕਰਨੀ ਬੀੜ ਦੇ ਵਿੱਚ, ਸ਼ਹਿਰ ਤੋਂ ਬਾਹਰ। ਬੀੜ ਕਹਿੰਦੇ ਨੇ ਆਪਾਂ ਖੇਤ ਕਹਿ ਲਓ, ਜਾਂ ਇੱਕ ਛੋਟਾ ਜਿਹਾ ਜੰਗਲ ਜਿਹਾ ਹੁੰਦਾ ਹੈ, ਬਹੁਤਾ ਵੱਡਾ ਨਹੀਂ, ਵੱਡੇ ਨੂੰ ਜੰਗਲ ਕਹਿੰਦੇ ਨੇ, ਛੋਟਾ ਹੋਵੇ ਉਹਨੂੰ ਬੀੜ ਕਹਿ ਦਿੰਦੇ ਨੇ। ਸੋ ਰੱਥਾਂ 'ਤੇ ਚੜ੍ਹ ਕੇ ਮਾਤਾ ਗੰਗਾ ਜੀ ਗਏ ਬੀੜ ਵੱਲ ਨੂੰ ਜਾ ਰਹੇ ਨੇ, ਬੜੀ ਧੂੜ ਉੱਡੀ ਆ ਰੱਥਾਂ ਦੀ, ਸੜਕਾਂ ਹੁਣ ਪੱਕੀਆਂ ਨੇ, ਕੱਚੇ ਰੱਥਾਂ ਸੜਕਾਂ 'ਤੇ ਪਹਿਆਂ 'ਤੇ ਜਦੋਂ ਰੱਥਾਂ ਦੇ ਚੱਕੇ ਚੱਲਦੇ ਨੇ ਤਾਂ ਧੂੜ ਉੱਡਦੀ ਆ, ਧੂੜ ਉੱਡਦੀ ਆ ਤਾਂ ਦੂਰੋਂ ਨਜ਼ਰ ਆਉਂਦੀ ਆ ਵੀ ਧੂੜ ਉੱਡ ਰਹੀ ਆ, ਕੋਈ ਆ ਰਿਹਾ, ਆ ਰਿਹਾ। ਬਾਬਾ ਬੁੱਢਾ ਜੀ ਖੜ੍ਹੇ ਸੇਵਾਦਾਰ ਨੂੰ ਪੁੱਛ ਰਹੇ ਨੇ ਵੀ ਇਹ ਧੂੜ ਉੱਡ ਰਹੀ ਆ, ਕੌਣ ਆ ਰਿਹਾ? ਤਾਂ ਸੇਵਾਦਾਰ ਨੇ ਬੜੀ ਮੱਥੇ 'ਤੇ ਹੱਥ ਰੱਖ ਕੇ, ਅੱਖਾਂ ਦੇ ਉੱਤੇ ਹੱਥ ਰੱਖ ਕੇ ਦੇਖਿਆ ਵੀ ਇਹ ਤਾਂ ਮਾਤਾ ਗੰਗਾ ਜੀ ਦਾ ਰੱਥ ਆ। ਰੱਥ ਬੜਾ ਸੁੰਦਰ ਸੋਹਣਾ, ਦੂਰੋਂ ਪਤਾ ਲੱਗਦਾ ਤਾਂ ਮਾਤਾ ਗੰਗਾ ਜੀ ਦਾ ਰੱਥ ਆ ਰਿਹਾ ਜੀ। ਟੱਲੀਆਂ ਟਣ 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 ਕਰਦੀਆਂ ਨੇ, ਘੋੜਿਆਂ ਦੇ ਪੈਰਾਂ ਦੇ ਵਿੱਚ ਪਾਈਆਂ ਹੋਈਆਂ ਝਾਂਜਰਾਂ ਛਣ 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 ਕਰਦੀਆਂ ਨੇ, ਰੱਥ ਦੇ ਚੱਕਿਆਂ ਨੂੰ ਲੱਗੇ ਹੋਏ ਘੁੰਗਰੂ ਉਹ ਵੀ ਛਣ ਛਣ ਕਰਦੇ ਨੇ, ਦਗੜ 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 ਕਰਦੇ ਘੋੜੇ ਰੱਥ ਆ ਰਹੇ ਨੇ ਬਾਬਾ ਬੁੱਢਾ ਜੀ ਨੂੰ ਲੰਗਰ ਛਕਾਉਣ ਵਾਸਤੇ। ਅਤੇ ਉੱਧਰੋਂ ਸੇਵਾਦਾਰ ਨੇ ਦੱਸਿਆ ਵੀ ਇਹ ਤਾਂ ਮਾਤਾ ਗੰਗਾ ਜੀ ਆ ਰਹੇ ਨੇ। ਬਾਬਾ ਬੁੱਢਾ ਜੀ ਕਹਿੰਦੇ ਵੀ ਇਹ ਗੁਰੂ ਕਿਆਂ ਨੂੰ ਕਿੱਧਰੋਂ ਭਾਜੜਾ ਪੈ ਗਈਆਂ, ਬੜੇ ਤੇਜ਼ ਆ ਰਹੇ ਨੇ, ਕਿ ਕੀ ਗੱਲ ਹੋ ਗਈ?
ਮਾਤਾ ਗੰਗਾ ਦੀ ਆਏ ਉੱਤਰੇ, ਨਮਸਕਾਰ ਕੀਤੀ, ਕੁਛ ਨਹੀਂ ਬੋਲੇ। ਉਹਨਾਂ ਨੂੰ ਇੰਨਾ ਭਾਵ ਕਿ ਸੰਗ ਗਏ, ਸ਼ਰਮ ਗਏ, ਇਸ ਤਰ੍ਹਾਂ ਖੜ੍ਹੇ ਰਹੇ ਹੱਥ ਜੋੜ ਕੇ। ਇੱਕ ਦਾਸੀ ਨੇ ਫਿਰ ਨਾਲ ਕਿਹਾ, ਬਾਬਾ ਜੀ ਗਿਆਨੀ ਜੀ ਪ੍ਰਸ਼ਾਦਾ ਛਕਾਉਣ ਆਇਆ ਜੀ, ਮਾਤਾ ਗੰਗਾ ਜੀ ਆਏ ਨੇ ਲੰਗਰ ਪਾਣੀ ਛਕਾਉਣ ਵਾਸਤੇ। ਬਾਬਾ ਬੁੱਢਾ ਜੀ ਉਸ ਸਮੇਂ ਖੜ੍ਹੇ ਨਾ, ਉਹਨਾਂ ਦਾ ਇੱਕ ਸੇਵਾਦਾਰ ਗੜਬੇ ਦੇ ਨਾਲ ਹੱਥ ਧਵਾ ਰਿਹਾ ਸੀਗਾ। ਬਾਬਾ ਬੁੱਢਾ ਜੀ ਕਹਿੰਦੇ, ਹੁਣ ਤਾਂ ਛਕ ਲਿਆ ਪ੍ਰਸ਼ਾਦਾ, ਅਸੀਂ ਹੁਣੇ ਛਕ ਕੇ ਹਟਿਆ, ਦੇਖੋ ਹੱਥ ਧੋ ਰਹੇ ਹਾਂ ਜੀ, ਪ੍ਰਸ਼ਾਦਾ ਛਕ ਲਿਆ ਜੀ ਅਸੀਂ ਤਾਂ, ਹੁਣ ਤੁਸੀਂ ਲੇਟ ਹੋ ਗਏ, ਪਹਿਲਾਂ ਆਉਣਾ ਸੀਗਾ। ਮਾਤਾ ਗੰਗਾ ਜੀ ਫਿਰ ਹੱਥ ਜੋੜ ਕੇ ਖੜ੍ਹੇ ਰਹੇ ਵੀ ਹੁਣ ਕੀ ਕਹੀਏ। ਫਿਰ ਦਾਸੀਆਂ ਨੇ ਕਿਹਾ, ਜੀ ਤੁਸੀਂ ਥੋੜ੍ਹਾ ਛਕ ਲਓ, ਅਸੀਂ ਲੈ ਕੇ ਆਏ ਹਾਂ, ਕਿਰਪਾ ਕਰੋ ਭੋਗ ਲਾ ਲਓ, ਛਕ ਲਓ, ਅਰਦਾਸ ਬੇਨਤੀ ਕਰਾਉਣੀ ਆ ਪਾਤਸ਼ਾਹ ਜੀ, ਬੱਚੇ ਦੀ ਦਾਤ ਦੀ ਅਰਦਾਸ ਬੇਨਤੀ ਕਰਾਉਣੀ ਹੈ, ਥੋੜ੍ਹਾ ਬਹੁਤ ਛਕ ਲਓ। ਬਾਬਾ ਬੁੱਢਾ ਜੀ ਕਹਿੰਦੇ, ਕੋਈ ਨਾ ਛਕ ਲਾਂਗੇ, ਦੁਪਹਿਰੇ ਛਕ ਲਾਂਗੇ, ਦੁਪਹਿਰ ਦੇ ਲੰਗਰ ਵੇਲੇ ਉਦੋਂ ਛਕ ਲਾਂਗੇ, ਹੁਣ ਹੋਰ ਸੇਵਾਦਾਰ ਨੇ ਉਹਨਾਂ ਨੂੰ ਛਕਾ ਦਿੰਦੇ ਆਪਾਂ, ਉਹ ਛਕ ਲੈਣਗੇ। ਠੀਕ, ਉਹ ਕਹਿੰਦੇ ਠੀਕ ਆ ਜੀ, ਫਿਰ ਤੁਸੀਂ ਅਰਦਾਸ ਕਰ ਦਿਓ ਬੱਚੇ ਦੀ, ਗੁਰੂ ਦੇ ਮਾਤਾ ਜੀ ਦੇ ਗ੍ਰਹਿ ਵਿਖੇ ਬੱਚੇ ਦਾ ਜਨਮ ਹੋ ਜਾਵੇ। ਅਤੇ ਬਾਬਾ ਬੁੱਢਾ ਜੀ ਨੇ ਕਿਹਾ ਵੀ ਨਹੀਂ, ਇਹ ਤਾਂ ਤੁਹਾਨੂੰ ਗੁਰੂ ਅਰਜਨ ਦੇਵ ਪਾਤਸ਼ਾਹ ਜੀ ਨੇ ਮਜ਼ਾਕ ਕਰਤਾ, ਮਖੌਲ ਕਰਤਾ ਹੈ। ਸਾਰਾ ਜਗਤ ਤਾਂ ਉੱਥੋਂ ਦਾਤਾ ਲੈਂਦਾ ਹੈ, ਉਹ ਦਾਤਾਂ ਦਾ ਘਰ ਹੈ, ਭਰੇ ਭੰਡਾਰ ਨੇ, ਤੁਹਾਨੂੰ ਉੱਦਾਂ ਹੀ ਉਹਨਾਂ ਨੇ ਹੱਸ ਕੇ ਮਜ਼ਾਕ ਕਰਦਾ ਹੈ, ਤੁਸੀਂ ਉੱਥੇ ਜਾ ਕੇ ਅਰਦਾਸ, ਅਸੀਂ ਤਾਂ ਆਪ ਉੱਥੋਂ ਦਾਤਾ ਲੈਂਦੇ ਹਾਂਗੇ, ਉੱਥੇ ਜਾ ਕੇ ਨਮਸਕਾਰਾ ਕਰਦੇ ਹਾਂ, ਜੋ ਇੱਥੇ ਆਉਂਦਾ ਉਹਨਾਂ ਨੂੰ ਵੀ ਅਸੀਂ ਉੱਥੇ ਭੇਜਦੇ ਹਾਂ, ਬਈ ਅੰਮ੍ਰਿਤਸਰ ਸਾਹਿਬ ਜਾਓ, ਇਸ਼ਨਾਨ ਪਾਨ ਕਰੋ, ਉੱਥੋਂ ਦਾਤਾ ਮਿਲਦੀਆਂ ਨੇ, ਇੱਥੇ ਤਾਂ ਬੀੜ ਆ, ਡੰਗਰ ਨੇ, ਖੇਤ ਨੇ, ਇੱਥੇ ਥੋੜ੍ਹੀ ਆ। ਇਹਦਾ ਮਜ਼ਾਕ ਕਰਤਾ ਤੁਹਾਨੂੰ ਗੁਰੂ ਅਰਜਨ ਦੇਵ ਪਾਤਸ਼ਾਹ ਜੀ, ਉਹ ਮਜ਼ਾਕੀਆ ਨੇ, ਕਿਉਂਕਿ ਬਾਬਾ ਬੁੱਢਾ ਜੀ ਦੀ ਉਮਰ, ਬਾਬਾ ਬੁੱਢਾ ਜੀ ਗੁਰੂ ਨਾਨਕ ਦੇਵ ਪਾਤਸ਼ਾਹ ਜੀ ਦੇ ਸਮੇਂ ਦੇ ਸਨ, ਗੁਰੂ ਨਾਨਕ ਦੇਵ ਪਾਤਸ਼ਾਹ ਜੀ ਦੇ ਸਮੇਂ ਦੇ, ਉਹਨਾਂ ਦੀ ਉਮਰ ਉਸ ਸਮੇਂ ਕਿੰਨੀ ਹੋਵੇਗੀ। ਸੋ ਫਿਰ ਭਾਈ ਮਾਤਾ ਗੰਗਾ ਜੀ ਵਾਪਸ ਆ ਕੇ ਸ਼ਾਮ ਨੂੰ ਫਿਰ ਕਿਹਾ ਵੀ ਤੁਸੀਂ ਸਾਡੇ ਨਾਲ ਮਜ਼ਾਕ ਕਰ ਦਿੱਤਾ, ਅਸੀਂ ਇੰਨਾ ਤਿਆਰ ਹੋ ਕੇ ਗਏ, ਲੰਗਰ ਪਾਣੀ ਤਿਆਰ ਕੀਤਾ, ਸ਼ਕਤੀ ਪਦਾਰਥ ਤਿਆਰ ਕੀਤੇ, ਤੁਸੀਂ ਮਜ਼ਾਕ ਕਰਤਾ, ਚੰਗੀ ਗੱਲ ਨਹੀਂ ਹੈ, ਸਾਰੀਆਂ ਦਾਤਾਂ ਤਾਂ ਤੁਹਾਡੇ ਕੋਲ ਨੇਗੀਆਂ, ਤੁਸੀਂ ਉੱਥੇ ਭੇਜ ਦਿੱਤਾ ਹੈ। ਗੁਰੂ ਅਰਜਨ ਦੇਵ ਪਾਤਸ਼ਾਹ ਜੀ ਹੱਸੇ, ਮੁਸ਼ਕਰਾਏ, ਅਤੇ ਸਾਰੀ ਜਦੋਂ ਪ੍ਰਸੰਗ ਪੁੱਛਿਆ, ਕਹਿੰਦੇ ਬਈ ਸਾਧੂ ਕੋ ਮਿਲਣੇ ਜਾਈਏ, ਸਾਥ ਨਾ ਲੀਜੇ ਕੋਈ, ਪਾਛੇ ਭਾਓ ਨਾ ਦੀਜੀ ਆਗੇ ਹੋਏ ਸੋਏ। ਇੱਕ ਇਹ ਪੰਗਤੀ, ਇੱਕ ਇਹ ਪੰਗਤੀ ਸੁਣੋ, ਸਾਧੂ ਕੋ ਮਿਲਣੇ ਜਾਈਏ, ਸਾਥ ਨਾ ਲੀਜੇ ਕੋਏ, ਫਲ ਦੀਜੇ ਫਲ ਪਾਏ। ਸੋ ਗੁਰੂ ਅਰਜਨ ਦੇਵ ਪਾਤਸ਼ਾਹ ਜੀ ਕਹਿੰਦੇ, ਤੁਸੀਂ ਨਾ ਮਿੱਸੇ ਪ੍ਰਸਾਦੇ ਪਕਾਏ। ਬਾਬਾ ਬੁੱਢਾ ਜੀਆਂ ਨੂੰ ਮੈਂ ਜਾਣਦਾ ਹਾਂ, ਉਹ ਮਿੱਸੇ ਪ੍ਰਸਾਦੇ ਬੜੇ ਸ਼ੌਂਕ ਨਾਲ ਛਕਦੇ ਨੇ, ਉਹਨਾਂ ਨੂੰ ਬੜੇ ਪਸੰਦ ਨੇ ਮਿੱਸੇ ਪ੍ਰਸ਼ਾਦੇ। ਬਾਬਾ ਬੁੱਢਾ ਜੀਆਂ ਦੇ ਜਦੋਂ ਉਹਨਾਂ ਦਾ ਦਿਨ ਹੁੰਦਾ ਹੈ, ਉਸ ਦਿਨ ਲੰਗਰ ਦੇ ਵਿੱਚ ਵੀ ਮਿੱਸੇ ਪ੍ਰਸਾਦੇ ਚੱਲਦੇ ਹਨ। ਮਿੱਸੇ ਪ੍ਰਸਾਦੇ ਪਕਾਇਓ ਬਾਬਾ ਜੀਆਂ ਨੂੰ ਬੜੇ ਪਸੰਦ ਨੇ ਗੇ ਗਿਆਨੀ ਜੀਆਂ ਨੂੰ, ਅਤੇ ਨਾਲ ਦਹੀਂ ਲੱਸੀ ਅਤੇ ਮੱਖਣ, ਜੇ ਗੰਢਾ ਹੋ ਜੇ ਤਾਂ ਬਾਬਾ ਬੁੱਢਾ ਜੀ ਬੜੇ ਖੁਸ਼ ਹੋ ਜਾਂਦੇ ਹਨ, ਉਹਨਾਂ ਲਈ ਇਹੀ ਪਦਾਰਥ ਨੇ ਗੇ, ਉਹਨਾਂ ਦਾ ਭੋਜਨ ਇਹ ਲੈ ਕੇ ਜਾਂਦੇ।
ਨਾਲੇ ਆਪਣੇ ਹੱਥੀ ਤਿਆਰ ਕਰੀਦਾ ਹੈ, ਕਿਸੇ ਨੂੰ ਹਲਵਾਈ ਨਹੀਂ ਲਾਈਦੇ, ਸਖੀਆਂ ਨੂੰ ਨਹੀਂ ਲਾਈਦਾ ਹੈ, ਆਪ ਤਿਆਰ ਕਰੀਦਾ ਹੈ। ਇਹ ਨੇ ਵਿਧੀਆਂ। ਗੁਰੂ ਤੋਂ ਕੁਝ ਮੰਗਣਾ ਹੋਵੇ ਵਿਧੀਆਂ ਨੇ, ਚੜ੍ਹ ਕੇ ਨਹੀਂ ਜਾਈਦਾ ਰਥਾਂ 'ਤੇ, ਪੈਦਲ ਜਾਈਦਾ, ਤੁਰ ਕੇ ਨੀਵਾਂ ਹੋ ਕੇ ਜਾਈਦਾ, ਉੱਪਰ ਚੜ੍ਹ ਚੜ੍ਹ ਕੇ ਨਹੀਂ ਜਾਈਦਾ ਹੈ। ਮਾਤਾ ਗੰਗਾ ਜੀ ਫਿਰ ਅੰਮ੍ਰਿਤ ਵੇਲੇ ਜਾ ਕੇ ਆਪਣੇ ਹੱਥੀਂ ਆਟਾ ਪੀਹਾ, ਪਹਿਲਾਂ ਤਾਂ ਹੁਣ ਤਾਂ ਆਟਾ ਪੀਹਾ ਪਿਹਾਇਆ ਮਿਲ ਜਾਂਦਾ, ਬਜ਼ੁਰਗਾਂ ਤੋਂ ਪੁੱਛਿਓ, ਪਹਿਲਾਂ ਆਟਾ ਪੀਹਣਾ ਪੈਂਦਾ, ਸਵੇਰੇ 4 ਵਜੇ ਉੱਠ ਕੇ ਫਿਰ ਗੁੰਨਣਾ ਪੈਂਦਾ। ਮਾਤਾ ਗੰਗਾ ਜੀਆਂ ਨੇ ਆਪਣੇ ਹੱਥੀਂ ਆਟਾ ਪੀਹਾ, ਗੁੰਨਿਆ, ਮਿੱਸੇ ਪ੍ਰਸਾਦੇ ਪਕਾਏ, ਦਹੀਂ ਦਾ ਲੋਟਾ ਭਰਿਆ, ਲੱਸੀ ਬਣਾਈ, ਗੰਢਾ ਲਿੱਤਾ, ਮੱਖਣ ਲਿੱਤਾ ਹੈ। ਮਾਤਾ ਗੰਗਾ ਜੀ ਦੇ ਜਿਹੜੇ ਹੱਥ ਪੈਰ ਸਨ ਨਾ, ਬੜੇ ਕੋਮਲ ਸਨ। ਰਾਣੀਆਂ ਮਹਾਰਾਣੀਆਂ ਫਿੱਕੀਆਂ ਪੈ ਜਾਂਦੀਆਂ ਸੀ ਜਦੋਂ ਮਾਤਾ ਗੰਗਾ ਜੀ ਖੜ੍ਹਦੇ ਸਨ। ਬੜੇ ਕੋਮਲ ਚਰਣਾਂ ਦੇ ਨਾਲ, ਜੋੜਾ ਵੀ ਨਹੀਂ ਪਾਇਆ, ਨੰਗੇ ਪੈਰੀ, ਸਿਰ 'ਤੇ ਮਟਕਾ, ਹੱਥ ਦੇ ਵਿੱਚ ਪ੍ਰਸਾਦੇ ਫੜੇ ਹੋਏ, ਤੁਰੇ ਜਾ ਰਹੇ ਨੇ ਬੀੜ ਵੱਲ ਨੂੰ ਅੰਮ੍ਰਿਤ ਵੇਲੇ ਸਵੇਰੇ ਸਵੇਰੇ। ਅਤੇ ਜੋ ਵੇਖਦਾ ਹੈ ਵੀ ਬੜਾ ਮਨ ਨੂੰ ਆਉਂਦਾ ਵੀ ਜਦੋਂ ਕਿਸੇ ਤੋਂ ਮੰਗਣ ਜਾਈਦਾ ਨਾ, ਦਾਤਾਂ ਲੈਣ ਜਾਈਦਾ, ਐਂ ਜਾਈਦਾ। ਸੋ ਮਾਤਾ ਗੰਗਾ ਜੀ ਜਦੋਂ ਗਏ ਪਹੁੰਚੇ ਬਾਬਾ ਬੁੱਢਾ ਜੀ, ਉਦੋਂ ਵੀ ਹੱਥ ਧੋ ਰਹੇ ਸਨ। ਕਹਿੰਦੇ ਮੈਂ ਹੱਥ ਧੋ ਰਿਹਾ ਪ੍ਰਸ਼ਾਦਾ ਸਕਣ ਵਾਸਤੇ, ਲਿਆਓ ਲਿਆਓ ਮਾਤਾ ਜੀ, ਪ੍ਰਸ਼ਾਦਾ ਸਕੀ ਹੈ, ਬੜੀ ਭੁੱਖ ਲੱਗੀ ਆ, ਸਮਾਂ ਹੋ ਗਿਆ ਪ੍ਰਸ਼ਾਦੇ ਦਾ, ਲਿਆਓ ਜੀ ਲਿਆਓ ਲਿਆਓ। ਸੇਵਾਦਾਰ ਨੇ ਇੱਕ ਚੱਟੀ ਵਸਾਈ ਥੱਲੇ ਦਰਖਤ ਦੇ ਨਾਲ, ਢੂਣ ਲਾ ਕੇ ਬਾਬਾ ਜੀ ਪ੍ਰਸ਼ਾਦਾ ਸਕਦੇ ਸਨ। ਢੂਣ ਲਾਈ, ਚੱਟੀ ਵਸਾਈ, ਬਾਬਾ ਬੁੱਢਾ ਜੀ ਆਸਣ 'ਤੇ ਜਦੋਂ ਹੀ ਬੈਠੇ ਨਾ, ਸਵੇਰ ਦਾ ਸਮਾਂ ਸੀ, ਦਿਨ ਚੜ੍ਹ ਜਾਂਦਾ, ਪਰ ਕਿੱਧਰੋਂ ਚਿੱਟੇ ਰੰਗ ਦੇ ਬੱਦਲ ਆ ਗਏ ਅਸਮਾਨ ਦੇ ਵਿੱਚ, ਹਲਕਾ ਜਿਹਾ ਹਨੇਰਾ ਜਿਹਾ ਹੋ ਗਿਆ। ਬਾਬਾ ਬੁੱਢਾ ਜੀ ਬੈਠੇ, ਕਿੱਧਰੋਂ ਹੀ ਕਾਲੇ ਰੰਗ ਦੇ ਬੱਦਲ ਆ ਗਏ, ਚਿੱਟੇ ਕਾਲੇ ਬੱਦਲ ਅਸਮਾਨ ਦੇ ਵਿੱਚ ਛਾ ਗਏ, ਹਨੇਰਾ ਹੋ ਗਿਆ, ਬੱਦਲ ਗਰਜਣ ਲੱਗ ਗਏ ਹਨ। ਉੱਧਰੋਂ ਮਾਤਾ ਗੰਗਾ ਜੀ ਥਾਲੀ ਦੇ ਵਿੱਚ ਪ੍ਰਸ਼ਾਦਾ ਪਾ ਰਹੇ ਨੇ, ਬਾਟੀ ਦੇ ਵਿੱਚ ਦਹੀਂ ਪਾ ਰਹੇ ਨੇ, ਮੱਖਣ ਰੱਖ ਰਹੇ ਹਨ, ਨਾਲ ਲੱਸੀ ਪਾ ਰਹੇ ਨੇਗੇ। ਉੱਧਰੋਂ ਅਸਮਾਨ ਦੇ ਵਿੱਚ ਹਨੇਰਾ ਛਾਇਆ ਹੋਇਆ ਹੈ, ਬੱਦਲ ਗਰਜ ਰਹੇ ਨੇਗੇ। ਬਾਬਾ ਬੁੱਢਾ ਜੀ ਨੇ ਜਦੋਂ ਗੱਠਾ ਹੱਥ ਦੇ ਨਾਲ ਚੱਕਿਆ, ਲਵੇ ਰੱਖਿਆ, ਉਹਨੂੰ ਸਿੱਲਿਆ ਅਤੇ ਵੱਟ ਕੇ ਜਦੋਂ ਮੁੱਕੀ ਤਾਹਾਂ ਨੂੰ ਕਰੀ ਨਾ, ਕਹਿੰਦੇ ਅਸਮਾਨ ਦੇ ਵਿੱਚ ਬੱਦਲ ਗੜ 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 ਗੜ, ਪੜ 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 ਪੜ, ਤੜ 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 ਤੜ, ਇੰਨਾ ਖੜਕਾ ਹੋਇਆ, ਕੰਨ ਬੋਲੇ ਹੋ ਗਏ, ਬਿਜਲੀ ਲਸ਼ਕੀ। ਬਾਬਾ ਬੁੱਢਾ ਜੀ ਨੇ ਉਹ ਮਾਰਿਆ ਦੱਬ ਕੇ ਗੱਠੇ 'ਤੇ ਮੁੱਕਾ, ਗੱਠੇ ਦੇ ਵਿੱਚ ਜਿਹੜੀ ਉਹ ਛੋਟੀ ਜਿਹੀ ਗੱਠੀ, ਉਹ ਤਿੜਕ ਕੇ ਦੂਰ ਜਾ ਕੇ ਡਿੱਗੀ। ਬਾਬਾ ਬੁੱਢਾ ਜੀ ਕਹਿੰਦੇ ਐਸਾ ਪੁੱਤਰ ਜਨਮੇਗਾ ਮਾਤਾ, ਜਿਹੜਾ ਬੈਰੀਆਂ ਦੇ ਸਿਰ ਭੰਨੇਗਾ, ਜਿਸ ਤਰ੍ਹਾਂ ਉਹ ਗੱਠੀ ਗਈ ਆ ਨਾ ਦੂਰ, ਇਸ ਤਰ੍ਹਾਂ ਜਾ ਕੇ ਡਿੱਗਣਗੇ। ਚਲੋ ਲਿਆਓ ਚੱਕ ਕੇ ਗੱਠੀ ਚ ਸਕੀਏ ਪ੍ਰਸਾਦਾ। ਇਸ ਤਰ੍ਹਾਂ ਬਾਬਾ ਬੁੱਢਾ ਜੀਆਂ ਨੇ ਪੁੱਤਰ ਦੀ ਦਾਤ ਦਾ ਵਚਨ ਕੀਤਾ, ਅਰਦਾਸ ਕੀਤੀ। ਧੰਨ ਸਾਹਿਬ ਸ੍ਰੀ ਗੁਰੂ ਹਰਗੋਬਿੰਦ ਪਾਤਸ਼ਾਹ ਜੀ, ਗੁਰੂ ਅਰਜਨ ਦੇਵ ਪਾਤਸ਼ਾਹ ਜੀ ਦੇ ਸੁਪੁੱਤਰ ਸਨ। ਅਤੇ ਇਹ ਜਿਹੜੀ ਆਪਾਂ ਹੁਣ ਕਥਾ ਸਰਵਣ ਕੀਤੀ ਹੈ, ਪ੍ਰਸੰਗ ਸਰਵਣ ਕੀਤਾ ਹੈ,
ਇਹ ਪ੍ਰਸੰਗ ਗੁਰੂ ਹਰਗੋਬਿੰਦ ਪਾਤਸ਼ਾਹ ਜੀ ਦੇ ਅਵਤਾਰ ਦਿਹਾੜੀ ਨੂੰ ਸਮਰਪਿਤ ਸੰਗਤਾਂ ਦੇ ਵਿੱਚ ਸੁਣਾਇਆ ਜਾਂਦਾ ਹੈ। ਉਸ ਤੋਂ ਬਾਅਦ ਦੇ ਵਿੱਚ ਅੰਮ੍ਰਿਤਸਰ ਸਾਹਿਬ ਵਿਖੇ, ਹਰਿਮੰਦਰ ਸਾਹਿਬ ਵਿਖੇ ਖੁਸ਼ੀਆਂ ਦਾ ਮਾਹੌਲ ਆਇਆ ਹੈ। ਮਾਤਾ ਗੰਗਾ ਜੀ ਦੇ ਗਰਭ ਦੇ ਵਿੱਚ ਗੁਰੂ ਹਰਗੋਬਿੰਦ ਪਾਤਸ਼ਾਹ ਜੀ ਨੇ ਪ੍ਰਕਾਸ਼ਮਾਨ ਹੋਏ ਹਨ। ਅਤੇ ਜਦੋਂ ਹੀ ਪਤਾ ਲੱਗਿਆ ਵੀ ਮਾਤਾ ਜੀ ਗਰਭਵਤੀ ਹੋ ਗਏ ਨੇ ਤਾਂ ਕਰਮੋ ਪ੍ਰਿਥੀ ਚੰਦ ਇਹਨਾਂ ਦੇ ਪੈਰਾਂ ਦੇ ਥੱਲੋਂ ਜ਼ਮੀਨ ਖਿਸਕ ਗਈ। ਬੜੇ ਦੁਖੀ ਹੋਏ, ਹਰ ਇੱਕ ਹੱਥ ਕੰਡੇ ਅਪਣਾਉਣ ਲੱਗ ਗਏ ਵੀ ਇਹਨਾਂ ਨੂੰ ਮਾਰਿਆ ਜਾਵੇ। ਫਿਰ ਗੁਰੂ ਅਰਜਨ ਦੇਵ ਪਾਤਸ਼ਾਹ ਜੀ ਸ਼ਾਂਤੀ ਦੇ ਪੁੰਜ ਸਨ, ਉਹ ਲੜਾਈ ਝਗੜਾ ਨਹੀਂ ਕਰਦੇ ਸਨ। ਥੋੜ੍ਹਾ ਸਮਾਂ ਦੇਖਿਆ ਫਿਰ ਕਹਿੰਦੇ ਆਪਾਂ ਐਂ ਕਰਦੇ ਹਾਂ, ਛੱਡ ਚੱਲਦੇ ਹਾਂ। ਉੱਧਰੋਂ ਤਾਂ ਮਾਤਾ ਗੰਗਾ ਜੀ ਦੇ ਗਰਭ ਦੇ ਵਿੱਚ ਬੱਚਾ, ਅਤੇ ਉੱਧਰੋਂ ਉਹਨਾਂ ਨੇ ਮੁਗਲਾਂ ਨਾਲ ਪੱਕ ਟੱਕ ਕਰਕੇ ਫੌਜ ਚਾੜ ਲਿਆਉਂਦੀ ਸੀ। ਪਤਾ ਲੱਗ ਗਿਆ ਵੀ ਫੌਜ ਆਵੇਗੀ। ਗੁਰੂ ਅਰਜਨ ਦੇ ਪਾਤਸ਼ਾਹ ਕਹਿੰਦੇ ਵੀ ਨਹੀਂ, ਆਪਾਂ ਨੇ ਕੀ ਲੜਨਾ ਗਾ। ਫਿਰ ਗੁਰੂ ਕੀ ਬਡਾਲੀ, ਗੁਰੂ ਅਰਜਨ ਦੇ ਪਾਤਸ਼ਾਹ ਜੀ ਫਿਰ ਉੱਥੋਂ ਛੱਡ ਕੇ ਗੁਰੂ ਕੀ ਬਡਾਲੀ ਚਲੇ ਗਏ। ਉੱਥੇ ਜਾ ਕੇ ਜੰਗਲਾਂ ਦੇ ਵਿੱਚ ਮੰਗਲ ਲਾਏ, ਜਿੱਥੇ ਬੈਠ ਜਾਣ ਜਾ ਕੇ ਜੰਗਲਾਂ 'ਚ ਮੰਗਲ ਲੱਗ ਜਾਂਦੇ ਨੇ। ਸਰੋਵਰ ਬਣਾਇਆ, ਉੱਥੇ ਵੀ ਬੋਲੀ ਬਣਾਈ ਇਸ਼ਨਾਨ ਪਾਣ ਕਰਨ ਵਾਸਤੇ। ਕਹਿੰਦੇ ਗੁਰੂ ਕੀ ਬਡਾਲੀ ਦੇ ਵਿੱਚ ਕੁਛ ਵੀ ਨਹੀਂ ਸੀ ਜਦੋਂ ਗੁਰੂ ਅਰਜਨ ਦੇ ਪਾਤਸ਼ਾਹ ਜੀ ਜਾ ਕੇ ਬੈਠੇ। ਦਿਨਾਂ ਦੇ ਵਿੱਚ ਹੀ ਜਿੰਨੀ ਸੰਗਤ ਅੰਮ੍ਰਿਤਸਰ ਸਾਹਿਬ ਵਿਖੇ ਜਾਂਦੀ ਸੀ ਨਾ, ਸਾਰੀ ਗੁਰੂ ਕੀ ਬਡਾਲੀ ਜਾਣ ਲੱਗ ਗਈ। ਉੱਥੇ ਫਿਰ ਗੁਰੂ ਅਰਜਨ ਦੇਵ ਪਾਤਸ਼ਾਹ ਜੀ ਰਹੇ ਅਤੇ ਦਸਵੇਂ ਮਹੀਨੇ ਜਾ ਕੇ ਗੁਰੂ ਕੀ ਬਡਾਲੀ ਵਿਖੇ ਗੁਰੂ ਹਰਗੋਬਿੰਦ ਪਾਤਸ਼ਾਹ ਜੀ ਨੇ ਅਵਤਾਰ ਧਾਰਿਆ, ਜਨਮ ਲਿਆ ਹੈ। ਅਤੇ ਜੋ ਅੱਗੇ ਜਾ ਕੇ ਜੰਗਾਂ ਲੜੀਆਂ, ਬੈਰੀਆਂ ਦੇ ਸਿਰ ਵੀ ਪੰਨੇ, ਪੰਜਵੇਂ ਪਾਤਸ਼ਾਹ ਤੱਕ ਕਹਿੰਦੇ ਹਨ ਗੁਰੂਆਂ ਨੇ ਡੰਡਾ ਤੱਕ ਨਹੀਂ ਚੱਕਿਆ, ਪਰ ਛੇਵੇਂ ਪਾਤਸ਼ਾਹ ਨੇ ਮੀਰੀ ਦੀ ਇੱਕ ਪੀਰੀ ਦੀ, ਪੰਜ ਪਿਆਲੇ ਪੰਜ ਪੀਰ, ਛੱਠਮ ਪੀਰ ਬੈਠਾ ਗੁਰ ਭਾਰੀ, ਅਰਜਨ ਕਾਇਆ ਪਲਟ ਕੇ ਮੂਰਤ ਹਰਗੋਬਿੰਦ ਸਵਾਰੀ, ਚੱਲੀ ਪੀੜੀ ਸੋਢੀਆਂ ਰੂਪ ਦਿਖਾਵਣ ਵਾਰੀ ਵਾਰੀ। ਸੋ ਇਸ ਤਰ੍ਹਾਂ ਗੁਰੂ ਹਰਗੋਬਿੰਦ ਪਾਤਸ਼ਾਹ ਜੀ ਨੇ ਫਿਰ ਮੀਰੀ ਅਤੇ ਪੀਰੀ ਦੀ ਤਲਵਾਰ ਦੋ ਪਾਈਆਂ ਅਤੇ ਬੈਰੀਆਂ ਦਾ ਸੰਘਾਰ ਕੀਤਾ। ਸੋ ਜਿਹੜਾ ਉਹਦਾ ਸਰਾਪ ਸੀ, ਕਹਿੰਦੇ ਵੀ ਇਹਨਾਂ ਦਾ ਬੱਚਾ ਹੋਣਾ ਹੀ ਨਹੀਂ ਗਾ, ਉਹ ਉਹਨਾਂ ਦਾ ਝੂਠਾ ਹੋ ਗਿਆ, ਵਿਅਰਥ ਹੋ ਗਿਆ। ਅਤੇ ਉਸ ਤੋਂ ਅੱਗੇ ਜੋ ਕਰਮ ਉਹ ਕਹਿੰਦੀ ਸੀਗੀ ਵੀ ਇਹ ਸਾਰਾ ਕੁਝ ਮਿਹਰਬਾਨ ਨੂੰ ਮਿਲ ਜਾਣਾ, ਉਹ ਵੀ ਉਹਨਾਂ ਦਾ ਵਿੱਚੇ ਰਹਿ ਗਿਆ। ਸੋ ਰਹੋ ਵਿਚਾਰ ਇਸ ਜਿਹੜਾ ਜੋ ਇਤਿਹਾਸ ਹੈ ਇਹਦੇ ਪਰਥਾਏ ਗੁਰੂ ਅਰਜਨ ਦੇਵ ਪਾਤਸ਼ਾਹ ਜੀ ਨੇ ਇਹ ਸਭ ਵਿਚਾਰਿਆ ਹੈ। ਸਤਿਗੁਰ ਸਾਚੇ ਦੀਆ ਭੇਦ, ਚਿਰ ਜੀਵਨ ਉਪਜਿਆ ਸੰਯੋਗ। ਆਪਣੇ ਸਿੱਖ ਧਰਮ ਦੇ ਵਿੱਚ ਕਈ ਗ੍ਰੰਥ ਨੇ ਜਿਨ੍ਹਾਂ ਦੇ ਵਿੱਚੋਂ ਕਈ ਵਾਦ ਵਿਵਾਦ ਦੇ ਵਿੱਚ ਨੇ, ਉਹਨਾਂ ਦੇ ਵਿੱਚੋਂ ਇੱਕ ਆ ਸੰਕਟ ਮੋਚਨ ਗ੍ਰੰਥ। ਉਹਦੇ ਵਿੱਚ ਇਹ ਸ਼ਬਦ ਲਿਖਿਆ ਹੋਇਆ, ਜਿਸ ਬੀਬੀ ਦੇ ਗ੍ਰਹਿ ਵਿਖੇ ਬੱਚਾ ਨਹੀਂ ਹੋ ਰਿਹਾ, ਉਹ 41 ਦਿਨ ਜਾਪ ਕਰੇ, ਕੋਟਨ ਦਾ ਆਸਣ ਵਸਾ ਕੇ 108 ਦੀ ਮਾਲਾ ਦਾ ਜਾਪ, ਧੂਪ ਜੋਤ ਲਾ ਕੇ, ਸੋ ਪਰਮਾਤਮਾ ਝੋਲੀਆਂ ਭਰਦਾ ਹੈ। ਸੋ ਆਓ ਆਪਾਂ